और भी पता रही हो। हाँ वो तो पता ही है। ठीक हो? परमात्मा रिश्ता तो पुत ले लेंगे मुंडा गबरू ही है हाँ पर साडे मेल जेडे बंदे होन साडे वर्गे छोड़ दे वर्गी ने बे कोई ना गरमेल पुत आ गई बे बे अने तो पानी लिया ले लिया मैं तो ओदे भी कराए मोड़ के तेल नु ले टाइम नहीं हैगा सीगा वो पुत फिर आया ओदे काम कर दे हाँ, तो टाइम ही तांजे मुड़ गई मैं हां अब तू पाले पुत गाड़ी की बे पुत हां पुत की मैं खोल के सुना गा मैं तो यही है कि भी रिश्ता देखो पूरा बढ़िया है ना ये छोटा भी मेल बैठूगा देख बंदे को तो बढ़िया नहीं देखती है मेरी सुन लग गल ना हां मेरे बारे तेन पता है तू केड़ा दूर दराज के हां मेरे वा कमांडर है हां मेरे वर्गा होवे सवा हां कुड़ी दी मां दा कुड़ी दा परिवार जिने असी तुसी करदे सब तो कंजूस बंदे जांदे ने छोटे लागी ने मैं भेजवा दो फुट कदे खरीदे इन्होंने हां ओ दादे ने खरीदे सीगे ਸਾਡੇ ਵਰਗੇ ਬੰਦੇ ਹੋਣ ਵਾਹਣ ਦੋ ਫੁੱਟ ਬਣਾਉਂਦੇ ਬੇਬੇ ਇਹਦੇ ਪਿਓ ਤੇ ਦੇਖ ਮੁੱਕ ਗਿਆ ਕੁੜੀ ਦਾ ਅੱਛਾ ਉਹਦੇ ਦਾਦੇ ਨੇ ਖਰੀਦੀ ਐ 2.5 ਕਿੱਲੇ ਵਾਹਣ ਦੇ ਵਾ ਠੀਕ ਹਾਂ ਉਹਦੋਂ ਬਾਅਦ ਵਿਚਾਰਾ ਬਸ ਉਹਦੇ ਪੁੱਤ ਦੇ ਹੇਰ ਵੇਚ ਵੀ ਮੁੱਕ ਗਿਆ ਟੈਨਸ਼ਨ ਹੋ ਰਹੀ ਹਾਂ ਨਾਲੇ ਬਾਕੀ ਸਿਰੇ ਗੱਲ ਇਹ ਹੈ ਭਾਈ ਸਾਖ ਦੇਖ ਲੈ ਲਾਂਗੇ ਸਾਨੂੰ ਕੋਈ ਕਾਸੇ ਦੀ ਚਾਹਤ ਨਹੀਂ ਠੀਕ ਹੈ ਜਿਹੜੀ ਕੁੜੀ ਹੈ ਆਗਿਆਕਾਰੀ ਹੋਵੇ ਪਰਿਵਾਰ ਕਿਤੇ ਨਾ ਹੋਵੇ ਅਸੀਂ ਕੁਝ ਹੋਰ ਕਹੀਏ ਉਹ ਕਿਸੇ ਪਾਸੇ ਹੋਰ ਗੱਲ ਕਰੀ ਜਾਵੇ ਕੰਮ ਅਸੀਂ ਕਹੀਏ ਉਰੇ ਆ ਉਹ ਕਹੇ ਮੈਂ ਉਧਰ ਕੰਮ ਕਰਕੇ ਆਉਣਾ ਮੇਰੀ ਨੂੰ ਆ ਬੈਠੇ ਤੇਰੇ ਕੋਲ ਅੱਖ ਚ ਪਾਈ ਨਹੀਂ ਰੱਖਦੀ ਵਿਚਾਰੀ ਉਹ ਵੀ ਬੇਬੀ ਬਹੁਤ ਨਰਮਾ ਕੁੜੀ ਆਗਿਆਕਾਰੀ ਹੈ ਦੇਖ ਕਹਿੰਦਾ ਤਾਂ ਅਗਲਾ ਹਰੇਕ ਹੀ ਵਿਚੋਲਾ ਐ ਹੁੰਦਾ ਹੈ ਉਹ ਬਾਤੇ ਤੋਂ ਪਤਾ ਲੱਗ ਪਹਿਲਾਂ ਗੱਲਾਂ ਸਮਝਾ ਦੀ ਕੁੜੀ ਦੀ ਮਾਂ ਨੂੰ ਜੇ ਤਾਂ ਮੇਰੀਆਂ ਗੱਲਾਂ ਉਹਨਾਂ ਨੂੰ ਕਬੂਲ ਨੇ ਮੈਂ ਤੈਨੂੰ ਆਪਦੀਆਂ ਖੋਟ ਦੱਸ ਦਿੰਦੀ ਆ ਜੀ ਭਾਈ ਮੇਰੇ ਚ ਆ ਖੋਟ ਨੇ ਦੇਖ ਉੱਚਾ ਤਾਂ ਮੈਂ ਬੋਲਣ ਨਹੀਂ ਦਿੰਦੀ ਠੀਕ ਹੈ ਪੈਸਾ ਮੈਂ ਫालतू ਖਰਚਣ ਨਹੀਂ ਦਿੰਦੀ ਗਿਣ ਕੇ ਪੈਸੇ ਫੜਾਉਂ ਮੈਂ ਤਾਂ ਹਰੇਕ ਚੀਜ਼ ਦੀ ਪਰਚੀ ਲੈਣੀ ਆ ਮੈਂ ਤਾਂ ਤੇ ਪੋਤੇ ਨੂੰ ਵੀ ਮੈਨੂੰ ਸਭ ਤੋਂ ਪਿਆਰਾ ਹੈ ਦੇਖ ਮੇਰੇ ਪੁੱਤ ਤੋਂ ਬਾਅਦ ਤਾਂ ਮੈਨੂੰ ਮੇਰਾ ਪੋਤਾ ਹੀ ਆ ਤੈਨੂੰ ਪਤਾ ਹੀ ਹੈ ਮੇਰਾ ਪੁੱਤ ਮੁੱਕ ਗਿਆ ਸੀ ਪੋਤੇ ਦੇ ਵੀ ਨਾਲ ਜਾਨੀ ਆ ਮੈਂ ਤਾਂ ਦੁਕਾਨ ਤੇ ਦੇ ਡਾਕਟਰ ਦੇ ਜਾ ਰਹੀ ਜਾਂ ਦੇ ਸਾਹਮਣੇ ਪੈਸੇ ਤੇ ਬੋਲਨੀ ਆ ਵੀ ਕਿੰਨੇ ਆ ਪੈਸੇ ਪੋਤੇ ਦੀ ਜੇਬ ਚ ਹੁੰਦੇ ਨੇ ਮੈਂ ਫੜਾਉਣੀ ਆ ਇਹੀ ਜੀ ਗੱਲ ਨਹੀਂ ਪਰ ਤੀ ਇਹ ਨਾ ਹੋਵੇ ਵੀ ਮੈਂ ਫੜਾਵਾਂ ਕਿਸੇ ਹੋਰ ਕੰਮ ਨੂੰ ਪੈਸੇ ਉਹ ਕੁਲਚੇ ਖਾਂਦੇ ਕਰ ਠੀਕ ਹੈ ਠੀਕ ਹੈ ਇਹੀ ਜੀ ਤਾਂ ਬਹਾਨਾ ਪਵਾ ਦੀ ਸਾਡੀ ਕਿਸੇ ਪਰਿਵਾਰ ਨਾਲ ਨਹੀਂ ਨਹੀਂ ਇਹ ਜਿਹੜੇ ਬੰਦੇ ਹੈ ਹੀ ਨਹੀਂ ਗਏ ਉਹ ਬਸ ਕਿਉਂ ਤੀ ਤੂੰ ਦੇਖ ਲੈ ਗਰਮੇਲ ਫਿਰ ਨਾ ਠੀਕ ਹੈ ਬੇਬੇ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲਓ ਬੰਦੇ ਪੂਰੇ ਨਾਮ ਨੇ ਇਹ ਜਿਹਾ ਹੈ ਹੀ ਨਹੀਂ ਗਿਓ ਠੀਕ ਹਾਂ ਬਸ ਉਹ ਇਹ ਜੇ ਬੰਦੇ ਸੀ ਹੁਣ ਰੱਬ ਦਾ ਨਾਮ ਲੈਣ ਵਾਲੇ ਘਰ ਬੰਨਣ ਵਾਲੇ ਹਾਂ ਇਹ ਜੀ ਨਹੀਂ ਅਸੀਂ ਸਾਨੂੰ ਚੱਕਮੇ ਪਰਿਵਾਰ ਦੀ ਲੋੜ ਛੋਡਾ ਮੇਰਾ ਜਵਾਂ ਵਧੀਆ ਪਿੱਟ ਬੈਠੂਗਾ ਦੇਖਦੀ ਹੈ ਤੇਰੇ ਸਾਹਮਣੇ ਆ ਬੈਠੀ ਹੈ ਮੇਰੇ ਮੂੰਹ ਪਾਟੇ ਵੀ ਪਾ ਲੈਂਦੀ ਹੈ ਟੱਕੀ ਵੀ ਲਾ ਕੇ ਪਾ ਲੈਂਦੀ ਹੈ ਇਹਨੇ ਮੈਨੂੰ ਕਦੇ ਆਪਦੇ ਹੱਥੀ ਲਿਆ ਦਿਆ ਨਾ ਲਿਆ ਤੇ ਇਹਨੇ ਮੈਨੂੰ ਇਹ ਨਹੀਂ ਕਿਹਾ ਬੇਬੇ ਉਹ ਫਲਾਨੀ ਦੇ ਸੂਟ ਪਾਇਆ ਮੈਨੂੰ ਨਾ ਮੈਂ ਲਿਆ ਕੇ ਦੇਣਾ ਦੇਖ ਜੇ ਕਿਤੇ ਦੋ ਖੋਡੜ ਕਾਉਣੇ ਹੋਣ ਮੈਂ ਤਾਂ ਉਹ ਵੀ ਮੈਂ ਕਹਿੰਦੀ ਕੋਈ ਜਿਹੜਾ ਤੇਰੇ ਮਾਪੇ ਦੇਣਗੇ ਉਹ ਹਾਲਾ ਤੂੰ ਪਾ ਲੈ ਤੇਰੀ ਬੇਟੀ ਚੋਂ ਕੱਢ ਕੇ ਐਤ ਕੀ ਆਪਾਂ ਕਪੜਾ ਦੇ ਸਾਥ ਠੀਕ ਹੈ ਤਾਂ ਬਣਾਇਆ ਇਹ ਇਹਨਾਂ ਕੋ ਪਿਆ ਨਹੀਂ ਬਣਦਾ ਹੈਗਾ ਹਾਂ ਢਿੱਡ ਬੰਨ ਕੀ ਬਣ ਕੋਈ ਨਾ ਤੂੰ ਜਾ ਕਰ ਲੈ ਗੱਲ ਤੇ ਫਿਰ ਇਹਦੇ ਵੀ ਕੰਮ ਨੇ ਹਾਂ ਤੁਸੀਂ ਵੀ ਕਾਰ ਕੰਮ ਕਰਨੇ ਕਰਦੇ ਹੋ ਮੈਂ ਦੱਸ ਦਿਓ ਫਿਰ ਰਾਏ ਕਰਕੇ ਸਾਡੀ ਤਾਂ ਦੇਖ ਰਾਏ ਹੀ ਹੈ ਉਹਨਾਂ ਜੀ ਦੇ ਜਵਾਬ ਨੂੰ ਪੁੱਛਣੇ ਕੀ ਹੈ ਗੱਲ ਮੇਰੀ ਮੂੰਹ ਨਾਲ ਸਿੱਧਾ ਮੇਰੇ ਨਾਲ ਜੇ ਤੁਸੀਂ ਐਂ ਨੂੰ ਪ੍ਰਾਈਵੇਟ ਕਹੋਗੇ ਤਾਂ ਤੁਹਾਡੀ ਮਾਂ ਦੀ ਮੈਂ ਗੱਲ ਕਰਾ ਦੂੰ ਨਾ 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 ਪ੍ਰਾਈਵੇਟ ਦਾ ਆਪਾਂ ਕਿਉਂ ਸੁਖਣਾ ਆਪਣਾ ਏਡਾ ਵੱਡਾ ਘਰ ਤੂੰ ਘਰੇ ਸਿੱਧੀ ਲੈ ਕੇ ਆਈ ਹਾਂ ਇੱਥੇ ਜਾਉਂ ਤੁਹਾਡੇ ਕੋਲ ਸਾਹਮਣੇ ਤੁਹਾਡੀ ਗੱਲ ਕਰਾ ਦੂੰ ਬੁੜੀ
पानी रोकदा सौदा रोकदा बाद च दुख नहीं निकलदा जो जी करदा ओ करा पानी पी लैनी आ देख पानी ने जूठे गिलास करू मैं सारा दिन इनू धंधे राही रखूंगी कली जानी है जे सौदा लईए नगद ता फिर आई नहीं रहता पानी के पैसे देने पानी पीए रोक सौदा लईए नगद का मैं थोड़ा ले सही गल मेरिया तो धीए आही गल जे तेरी थी मेरे मगरा गल चल पे तो रंग लग जाए मैं मेहती ऐ नहीं करती जो तू कहेगी ओही गुरु आग्ञा करी हाँ जे आग्ञाकारी रहे बाली सोहनी गल है इना क देखती है मैं रंग रूप नहीं देखना मैं दाज नहीं मंगना दाज आ गया सब जमा खिलाफ सब क्यों मेरे ओही गल है सुखना सब कुछ लक्ष्मी पर जे लक्ष्मी बन के सही गल हम आ देख ला मेरी नू पुछ के पानी पींदी ਹੁਣ ਬੇਬੇ ਬਹੁਤ ਘੱਟ ਨੇ ਇਹ ਜੇ ਹਾਂ ਅੱਗੇ ਕਰ ਤੁਸੀਂ ਤਾਂ ਕਰਮ ਆਏ ਮੈਂ ਕਹਿੰਦੀ ਆ ਤੇਰੇ ਉਦੋਂ ਵੱਡੇ ਕਰਮ ਹੁਣ ਇਹਦੇ ਕਰਮ ਵੱਡੇ ਹੋ ਜਾਣ ਇਹਦੇ ਨੂੰ ਉਹੀ ਜੀ ਆ ਜੇਤੀ ਹੈ ਮੈਨੂੰ ਤਾਂ ਆਸ ਹੈ ਨਾ ਨਾ ਬਿਲਕੁਲ ਇਹੀ ਜੀ ਇਹੀ ਜਿਹੜੀ ਪੂਰਨੇ ਤੇਰੇ ਪਾਏ ਹੋਏ ਇਸੇ ਤੇ ਚੱਲ ਇਸੇ ਪੂਰਨੇ ਤੇ ਚੱਲ ਪਏ ਦੇਖ ਟੋਟ ਕਾਸੇ ਦੀ ਨਹੀਂ ਮੇਰੇ ਘਰੇ ਕੁੱਲ ਚੀਜ਼ ਹੈ ਪਰ ਇੱਕ ਇੰਨਾ ਹੈ ਵੀ ਜਿਵੇਂ ਮੇਰੀ ਲੀਹ ਚੱਲਦੀ ਹੈ ਇਸੇ ਲੀਹ ਤੁਰੀ ਹੋਈ ਜਾ ਨਾ ਇਹੀ ਲੀਹ ਰਹੂਗੀ ਮੇਰੀ ਜ਼ਿੰਮੇਵਾਰੀ ठीक है जे तेन गल्ला मंजूर ने ता रुपया ता दी तड़ी ते नहीं जदो मर्जी आवदी दा जिथे मर्जी करी भाई तेरी थी है जिथे तेन पिता उठे तेरे जित बेबे मेरी ते जमा आग्या करी है पर मेनू मड़े तेरा पोता निगा कड़ा दे हां पोता मैं निगा कड़ा दूं अरविंदर पुत्त हां बेबे पुत्त की करदा है बस मैं संग रख के पाईया दा सी आई करा मड़ा जा औणा दा ਆ ਲੈ ਜੀ ਗੜਬੀ ਜੀ ਚੱਕ ਕੇ ਲਿਜਾਣਾ ਲਿਜਾਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਲੈ ਲੈ ਪੁੱਤ ਗੜਬੀ ਪਾਣੀ ਦੀ ਤਾਜੇ ਦੀ ਭਰ ਲੈ ਭਰ ਲੈ ਰੰਗ ਉਹ ਤੇ ਸਾਹਮਣੇ ਤੋਰਾ ਤੇ ਸਾਹਮਣੇ ਤੁਰ ਲਿਆ ਲਾਂਗੜਾ ਮੇਰਾ ਪੋਤਾ ਨਹੀਂ ਗੁੰਗਾ ਬੋਲਾ ਮੇਰਾ ਪੋਤਾ ਨਹੀਂ ਲੈ ਵੇ ਤੇ ਪਾਣੀ ਆ ਪਿਆਗਾ ਰੱਖ ਦੇ ਪੁੱਤ ਜਾ ਕਰ ਕੰਮ ਚੰਗਾ ਕੀ ਧਿਆਨ ਨਾ ਮੈਂ ਤਾਂ ਭਰ ਆਗਿਆਕਾਰੀ ਪੋਤਾ ਮੇਰਾ ਧੀਏ ਸਮਝ ਕੀ ਗੱਲ ਜਿਵੇਂ ਕਹਿ ਦੇ ਉਵੇਂ ਹੀ ਚੱਲਦਾ ਮੈਂ ਮੇਰੀ ਧੀ ਵੀ ਆ ਕਰਦਾ ਧਿਆਨੀ ਧਿਆਨੀ ਦਾ ਦੰਦਾ ਮੈਨੂੰ ਸਾਬ ਕਦੇ ਨਹੀਂ ਪੁੱਛਿਆ ਵੀ ਕਿਉਂ ਸਾਬ ਮਾਰਦੇ ਪਤਾ ਹੈ ਉਹਨੂੰ ਜਿਦਾਂ ਦੀ ਕਿਹੜਾ ਖੋਂਦੀ ਧਿਆਨ ਹੈ ਹਾਂ ਮੈਂ ਤਾਂ ਕੰਮ ਕਰਨਾ ਨਹੀਂ ਮੈਨੂੰ ਤਾਂ ਆ ਗੱਲ ਹੈ ਨਹੀਂ ਕਿ ਨੱਕ ਰਹੀ ਜੂ ਨੱਕ ਵੱਡੇ ਜਾਊ ਨੱਕ ਤਾਂ ਹੋਰ ਗੱਲਾਂ ਚ ਬਥੇਰੇ ਨੇ ਜਿਹੜੇ ਰੱਖੇ ਆ ਆਪਦੀ ਧੀ ਦੀ ਰੱਖ ਤਿਆਰੀ ਸੂਟ ਸਮਾ ਲਾ ਉਹਦਾ ਤੇ ਬਸ ਅਸੀਂ ਇੱਕ ਦੋ ਦਿਨਾਂ ਚ ਆ ਬੁੱਧਵਾਰ ਨੂੰ ਤੇਰੇ ਕੋਲ ਸਦੇ ਹੀ ਹੋਣਾ मेरी गल सुन बेबे आयो बस ती आज सुना मैं ऐ कहनी
ਦੇਖ ਦੋ ਮਾਵਾਂ ਕੀ ਅਸੀਂ ਉਮਰ ਤਿੰਨ ਤੁਸੀਂ ਉਮਰ ਪੰਜ ਹੋ ਆਪਾਂ ਪੰਜਾਂ ਜਣਿਆਂ ਦੀ ਚਾਹ ਹੋ ਗਈ ਚਾਹ ਨੂੰ ਬੜਾ ਪੁੱਤ ਦੇ ਵੱਡਾ ਲੱਗਾ ਲਾ ਫਿਰ ਆਏ ਮੇਰੀ ਗੱਲ ਸੁਣ ਲੈ ਚਾਹ ਦੇ ਨਾਲ ਬਿਸਕੁਟ ਕੁਝ ਜਾਂ ਕੁਛ ਨਾ ਹੋਵੇ ਕੱਲੀ ਚਾਹ ਹੋਵੇ ਜੇ ਬਾਹਲਾ ਕਰਦੀ ਆ ਠੀਕ ਹੈ ਨਹੀਂ ਮੇਰੇ ਸੂਰ ਭੇੜੇ ਨੇ ਮੈਂ ਛੱਡ ਕੇ ਤੁਰ ਆਵਾਂ ਨਾ ਕੋਈ ਨਾ ਕੱਲੀ ਜਾ ਤੂੰ ਕੱਲੀ ਜਾ ਮੈਂ ਚਾਹ ਨਹੀਂ ਫਿਰ ਪੀਣੀ ਜੇ ਕੁਛ ਨਾਲ ਦਾ ਤਾਂ ਠੀਕ ਹੈ ਚਲੋ ਚਲੀ ਹਾਂ ਬਾ ਜਾਓ ਤੀ ਕਰੋ ਕੰਮ ਟੈਂਸ਼ਨ ਚੰਗਾ ਕਰੋ ਤੀ मैं खाओ जो मर्जी खाना तेरी मां ने अज तिकर मेनू तेरी सस ने के नहीं कहा भी मैं शहर जाना शहर ए जान दी अपने घरे रीत नहीं हैगी पुत जे कुछ दुखद है ता मैं दस मैं तेन लेके जावा तेन दवाई दवा लिया दुख तो कुछ नहीं आए सी चल भी जी जानी सी लाके नु घूमिया तो नहीं रखा ये गल्ला गलत रब दा नाम लै जी लग जू जे तेन नींद नहीं होंदी ता भजन कर ला समझ गई गल ते काम कर लै कोई काम करदा नहीं जी लग जांदा पुत वेल्यां दा जी नहीं लगदा हुंदा जा कोई किता मैं चल रही है बह के पहला गल सुन सिर टप खड़ी हो ਹਾਂ ਤੇ ਤੈਨੂੰ ਬੈਂਕ 'ਚ ਸਾਡੇ ਨਾਲ ਜਾਣਾ ਪਊਗਾ ਮੈਂ ਚੱਲਦੀ ਆ ਪੁੱਤ ਹਾਂ ਮੈਂ ਚੱਲਦੀ ਮੈਂ ਤਾਂ ਤਿਆਰ ਬਸ ਫਿਰ ਉੱਥੇ ਸੈਣ ਤੇਰੀ ਹੋਣਗੇ ਤਾਂ ਕਰਕੇ ਹਾਂ ਚੱਲ 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 ਆਪਾਂ ਪਹਿਲਾਂ ਉਹੀ ਕੰਮ ਕਰਕੇ ਮੈਂ ਗੱਡੀ ਦੇ ਮੰਡੇ ਦੇ ਕੱਪੜਾ ਪਾ ਲਾਂ ਗਰਮੀ ਵਾਲੀ ਆ ਬੇਬੇ ਓਹੋ ਗਰਮੀ ਬਹੁਤ ਆ ਪੁੱਤ सूट सोनू एक साल ना तेनू ना तेरी सास ना ही कुलविंदर ਕਿਸੇ ਨੂੰ ਨਹੀਂ ਮਿਲਦੇ ਆਪਦਾ ਹੱਥ ਕੁੱਟ ਕੇ ਗਵੀਲਦਾਰੀ ਚ ਲਾ ਲਓ ਪੰਜ ਕਿੱਲੇ ਬਣਾ ਕੇ ਸਕੇ
ਚਲ ਬੀਬੀ ਫਿਰ ਜਿਵੇਂ ਤੇਰੀ ਮਰਜ਼ੀ। ਹਾਂ ਇਹ ਕੁਲਵਿੰਦਰ ਦੇ ਨਾਂ ਕਰਾਤੀ ਰਜਿਸਟਰੀ ਅੱਜ 5 ਕਿੱਲੇ ਬਣ ਗਏ ਪੁੱਤ ਕੱਪੜਿਆਂ ਦਾ ਕੀ ਹੈ ਮਹਿੰਗੇ ਵਾਲੇ ਤੇ ਸਾਥੇ ਹੋਰ ਵਾਜ ਤਾਂ ਚੱਲਦੀ ਰਹਿੰਦੇ ਨੇ ਧੀਏ ਤੇ ਬਾਕੀ ਸਿਰੇ ਪੁੱਤ ਹੁਣ ਹੱਥ ਘੁੱਟ ਕੇ ਕਬੀਲਦਾਰੀ ਚਲਾ ਲਿਓ ਹੁਣ ਮੇਰੇ ਕੋਲੇ ਪੈਸਾ ਨੂਨ ਤੇਲ ਵਾਸਤੇ ਵੀ ਨਹੀਂ ਬਚਿਆ ਚੰਗਾ ਪੁੱਤ ਗੁਰਲਿੰਦਰ ਤੂੰ ਤਾਂ ਸਿਆਣਾ ਤੂੰ ਤਾਂ ਜਾਣਦਾ ਆਪਣੇ ਹਾਂ ਤੇਰੀ ਚੀਜ਼ ਬਣੀ ਹੈ ਪੁੱਤ 5 ਕਿੱਲੇ ਬਣਾ ਤੇ ਪੁੱਤ ਜਿਹੜੀ ਤੂੰ ਅੱਗੇ ਕਹਿੰਦੀ ਸੀ ਨਾ ਮੈਨੂੰ ਦੱਸਿਆ ਸੀ ਗੁਰਵਿੰਦਰ ਨੇ ਵੀ ਮੈਨੂੰ ਐਂ ਕਹਿੰਦੀ ਹੈ ਵੀ ਇਹਨਾਂ ਦੇ ਰੋਜ਼ ਜਾਂਦੇ ਨੇ ਉੱਤੋਂ ਉਹਨਾਂ ਨੇ ਫਿਰ ਖਰੀਦਿਆ ਵੀ ਕੁਛ ਨੀ ਤੁਹਾਡਾ ਪਾਣ ਵੀ ਸਭ ਕੁਛ ਗਿਆ ਜਿਹੜੇ ਰੋਜ਼ ਨਵਾਂ ਸੂਟ ਖਰੀਦ ਕੇ ਪਾਉਂਦੀਆਂ ਨੇ ਜਾਂ ਫਾਲਤੂ ਖਰਚਾ ਕਰਦੇ ਨੇ ਦੇਖ ਮੇਰਾ ਪੋਤਾ ਤੁਰ ਕੇ ਵਗ ਜਾਂਦਾ ਸਾਈਕਲ ਤੇ ਵਗ ਜਾਂਦਾ ਖੇਤ ਬੰਦੇ ਕੀ ਤੇਰੀ ਜਾਣਾ ਹੈ ਬਾਜ਼ਾਰ ਜਾਂਦਾ ਤਾਂ ਬਸ ਤੇ ਜਾਂਦਾ ਪੈਸਾ ਨੀ ਪੈਟਰੋਲ ਤੇ ਲਾਉਂਦਾ ਤਾਂ ਇਹਨੇ ਕੁਛ ਬਣਾਇਆ ਹੈਗਾ ਖੁਸ਼ ਹੈ ਬਣ ਗਿਆ ਐਂ ਖੁਸ਼ ਰਿਹਾ ਕਰੋ ਤੁਹਾਡੇ ਇਹ ਪੁੱਤ ਸਾਰੇ ਕੁਛ हौली हौली समझ जू सियाणी आ लगदी आ गल्लां दे वांगर वाह सच्चे पातशाह सत्री अकाल भाई सारिआं नूं जे कहानी सोहणी लगी ਤਾਂ ਵੀਡੀਓ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਕਮੈਂਟ ਵਧੀਆ ਵਧੀਆ ਕਰਿਓ ਲਾਈਕ ਕਰ ਦਿਓ ਅਸੀਂ ਇੱਕ ਸਟੋਰੀ ਪਾਈ ਹੈ ਕਿ ਜੇ ਸਾਰਾ ਟੱਬਰ ਬੱਚਤ ਕਰੇ ਬੱਚਤ ਨਾਲ ਚੱਲੇ ਤਾਂ ਸਭ ਕੁਛ ਬਣਾ ਲੈਂਦਾ ਜੇ ਭਾਈ ਇੱਕ ਨੇ 1 ਰੁਪਏ ਲਾ ਦਾ ਦੂਜੇ ਨੇ 5 ਲਾ ਤੇ ਤਾਂ ਫਿਰ ਸਾਰੇ ਪਰਿਵਾਰ 'ਚ ਕੁਛ ਵੀ ਨਹੀਂ ਬਣਦਾ ਡੋਡੀ ਬੱਚਤ ਨਾਲ ਚੱਲੋ ਕੰਜੂਸੀ ਨਾਲ ਕਿਉਂਕਿ ਰੀਸੋ ਰੀਸ ਪੈਸਾ ਨਾ ਲਾਓ ਕਿਉਂਕਿ ਮਹਿੰਗਾਈ ਦਾ ਚੋਗਾ ਸਾਰਿਆਂ ਨੂੰ ਪਤਾ ਹੀ ਹੈ ਨਹੀਂ ਕਿਸੇ ਤੋਂ 4 ਰੁਪਏ ਨਹੀਂ ਵੀ ਜੁੜਦੇ ਹੈਗੇ ਵਿਆਹਾਂ ਦੇ ਖਰਚੇ ਹੋ ਜਾਂਦੇ ਨੇਗੇ ਹਨਾ ਪੈਸਾ ਦੇ ਵਿੱਚ ਜਿਵੇਂ ਹੁਣ ਇਹ ਕਹਾਣੀ ਦੇ ਵਿੱਚ ਦੱਸਿਆਗਾ ਵੀ ਆਪਾਂ ਵਿਆਹ 'ਤੇ ਕੋਈ ਖਰਚ ਨਹੀਂ ਕਰਨਾ ਹੈਗਾ ਉਹ ਸਭ ਤੋਂ ਵਧੀਆ ਚੀਜ਼ ਹੈਗੀ ਕੋਈ ਫਾਇਦਾ ਨਹੀਂ ਐਵੇਂ ਇਕੱਠ ਵੱਠ ਕਰਕੇ ਉੱਥੇ ਲੜਾਈਆਂ ਪੜ੍ਹਾਈਆਂ ਨੂੰ ਆਪਾਂ ਜ਼ਿਆਦਾ ਸੱਦਾ ਦਿੰਦੇ ਹੈਗੇ ਤੋ ਹੱਥ ਬੰਨ ਕੇ ਬੇਨਤੀ ਇਹੀ ਹੈਗੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਕਰ ਲਿਓ ਲਾਈਕ ਅਤੇ ਜੇ ਤੁਹਾਨੂੰ ਵੀਡੀਓ ਸੋਹਣੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀ ਇਹਦੇ ਵਿੱਚ ਕੀ ਤੁਹਾਨੂੰ ਵਧੀਆ ਲੱਗਿਆ ਕੀ ਕੋਈ ਕਮੀ ਪੇਸ਼ੀ ਹੈਗੀ ਫਿਰ ਅਸੀਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਚੈਨਲ ਦੇ ਨਾਲ ਨਾਲ ਆਪਣੇ 3-4 ਚੈਨਲ ਹੋਰ ਵੀ ਨੇ ਜਿਹੜੇ ਕਿ ਸਾਡੇ ਅਲੱਗ ਅਲੱਗ ਬਣਾਏ ਹੋਏ ਨੇਗੇ ਜਿਵੇਂ ਕਿ ਮੇਰਾ ਚੈਨਲ ਹੈਗਾ ਤੱਤੂ ਧਾਲੀਵਾਲ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈਗਾ ਅਤੇ ਇੱਕ ਹੈਗਾ ਆਪਣਾ ਪੰਜਾਬੀ ਕਹਾਣੀਆਂ ਠੀਕ ਹੈ ਜੀ ਉਹ ਚੈਨਲ ਵੀ ਆਪਣਾ ਹੈਗਾ ਇੱਕ ਹੈਗਾ ਆਪਣਾ ਚੈਨਲ ਆਪਣਾ ਧਾਲੀਵਾਲ ਫੈਮਿਲੀ ਠੀਕ ਹੈ ਜੀ ਹਾਂਜੀ ਇੱਕ ਆਪਣਾ ਚੈਨਲ ਹੋਰ ਹੈਗਾ ਚੈਨਲ ਦਾ ਨਾਮ ਕੀ ਸੀਗਾ ਜੀ ਰਾਣੀ ਹਾਂ ਉਸ ਚੈਨਲ ਦਾ ਨਾਮ ਹੈਗਾ ਰਾਣੀ ਬਲੌਗ ਉਹ ਸਾਡੀ ਮਾਸੀ ਆ ਮੇਰੀ ਮੰਮੀ ਆ ਉਹ ਤੇ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹਨਾਂ ਚੈਨਲਾਂ ਨੂੰ ਇਹਨਾਂ ਚੈਨਲਾਂ ਤੇ ਵੀ ਅਸੀਂ ਵੀਡੀਓਜ਼ ਬਹੁਤ ਸੋਹਣੀਆਂ ਪਾਉਣਾਂਗੇ ਬਹੁਤ ਹੀ ਤੁਹਾਨੂੰ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲੂਗਾ ਸਾਨੂੰ ਉਹਨਾਂ ਦੇ ਵੀ ਵਧੀਆ ਵਧੀਆ ਸੁਝਾਅ ਦਿਆ ਕਰੋ ਕਮੈਂਟ ਕਰਕੇ ਉੱਥੇ ਵੀ ਤੁਹਾਨੂੰ ਕਹਾਣੀਆਂ ਕਿੱਦਾਂ ਦੀਆਂ ਹੋਰ ਚਾਹੀਦੀਆਂ ਨੇ ਅਸੀਂ ਉਹਨਾਂ 'ਚ ਹੋਰ ਇੰਪਰੂਵਮੈਂਟ ਲੈ ਕੇ ਆਵਾਂਗੇ ਜਿਨ੍ਹਾਂ ਨੇ ਸਬਸਕ੍ਰਾਈਬਰ ਕਰ ਲਿਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕਰਿਆ ਉਹ ਕਰ ਲਓ ਭਾਈ ਸਬਸਕ੍ਰਾਈਬਰ ਤੁਹਾਡਾ ਵੀ ਧੰਨਵਾਦ ਸਾਨੂੰ ਭੈਣਾਂ ਤੋਂ ਖਾਸ ਕਰਕੇ ਉਮੀਦ ਹੁੰਦੀ ਹੈਗੀ ਕਿਉਂਕਿ ਉਹ ਤਾਂ ਵਿਹਲੀਆਂ ਹੁੰਦੀਆਂ ਨੇ ਤਾਂ ਕਹਾਣੀਆਂ ਸਟੋਰੀਆਂ ਜ਼ਰੂਰ ਦੇਖਦੀਆਂ ਨੇ ਦਿਨ ਦੇ ਵਿੱਚ ਸਾਰਿਆਂ ਦਾ ਧੰਨਵਾਦ ਭਾਈ ਸਬਸਕ੍ਰਾਈਬਰ ਕਰ ਲਓ